ਹੱਥਾਂ ਵਿੱਚ ਲੰਮੇ ਚੌੜੇ ਕਾਗਜ਼ਾਂ ਦੀਆਂ ਇਹ ਫਾਈਲਾਂ ਫੜੀ ਲੜਕੀ ਸ਼ਿਵਾਨੀ ਠਾਕੁਰ। ਇਸ ਦੇ ਨਾਲ ਜੋ ਜ਼ੁਲਮ ਹੋਇਆ ਉਹ ਸੋਚਣ ਤੋਂ ਵੀ ਪਰੇ ਵੇ। ਲੜਕੀ ਸ਼ਿਵਾਨੀ ਠਾਕੁਰ ਜਿਹੜੀ ਕਿ ਗੁਰਦਾਸਪੁਰ ਦੇ ਹਲਕਾ ਦੀਨਾਨਗਰ ਦੇ ਨੇੜੇ ਆਉਂਦੇ ਪਿੰਡ ਕੈਰੋਂ ਮਦਾਰਪੁਰ ਦੀ ਰਹਿਣ ਵਾਲੀ ਹੈ, ਆਪਣੇ ਸਹੁਰੇ ਪਰਿਵਾਰ 'ਤੇ ਕੁੱਟਮਾਰ ਕਰਨ ਅਤੇ ਉਸਨੂੰ ਕਿੰਨਰ ਆ ਕੇ ਘਰ ਤੋਂ ਬਾਹਰ ਕੱਢਣ ਦੇ ਦੋਸ਼ ਲਾਏ ਨੇ। ਬਹੁਤ ਸੋਚਣ ਵਾਲੀ ਅਤੇ ਅਜੀਬ ਗੱਲ ਹੈ ਕਿ ਕਿਸੇ ਲੜਕੀ ਦੇ ਮਾਂ ਬਾਪ ਨੂੰ ਹੀ ਉਸ ਦੇ ਸਰੀਰਕ ਗੁਣਾਂ ਬਾਰੇ ਪਤਾ ਤੱਕ ਨਾ ਹੋਵੇ। ਇਸ ਮੌਕੇ 'ਤੇ ਜਾਣਕਾਰੀ ਦਿੰਦਿਆਂ ਪੀੜਤ ਲੜਕੀ ਸ਼ਿਵਾਨੀ ਠਾਕੁਰ ਨੇ ਦੱਸਿਆ ਕਿ ਉਸਦਾ ਵਿਆਹ 6 ਮਹੀਨੇ ਪਹਿਲਾਂ ਹੁਸ਼ਿਆਰਪੁਰ ਦੇ ਲੜਕੇ ਪਰਥ ਠਾਕਰ ਨਾਲ ਹੋਇਆ ਸੀ। ਵਿਆਹ ਦੇ ਕੁਝ ਮਹੀਨੇ ਬਾਅਦ ਹੀ ਸਹੁਰਾ ਪਰਿਵਾਰ ਨੇ ਉਸਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਉਸਦੀ ਮਾਰ ਕੁਟਾਈ ਕੀਤੀ ਜਾਂਦੀ ਅਤੇ ਉਸਨੂੰ ਕਿੰਨਰ ਆ ਕੇ ਘਰੋਂ ਕੱਢ ਦਿੱਤਾ। ਉਸਦੀ ਮਾਸੀ ਸੱਸ ਨੇ ਵੀ ਸਹੁਰਾ ਪਰਿਵਾਰ ਦੇ ਨਾਲ ਮਿਲ ਕੇ ਪਿੰਡ ਦੀ ਇੱਕ ਦਾਈ ਕੋਲੋਂ ਉਸਨੂੰ ਬਾਂਝ ਬਣਾਉਣ ਦੀ ਕੋਝੀ ਕੋਸ਼ਿਸ਼ ਕੀਤੀ। ਪੀੜਤ ਲੜਕੀ ਨੇ ਆਰੋਪ ਲਾਇਆ ਕਿ ਉਹ ਮਾਸੜ ਸਹੁਰੇ ਵੱਲੋਂ ਵੀ ਉਸ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਲਈ ਉਸਨੇ ਮੰਗ ਕੀਤੀ ਹੈ ਕਿ ਇਹਨਾਂ ਪੰਜਾਂ ਖਿਲਾਫ਼ ਮਾਮਲਾ ਦਰਜ ਹੋਣਾ ਚਾਹੀਦਾ ਹੈ। ਅਤੇ ਸੁਣੋ ਸਾਡੇ ਪੱਤਰਕਾਰ ਰੋਹਿਤ ਗੁਪਤਾ ਗੁਰਦਾਸਪੁਰ ਦੀ ਇਹ ਰਿਪੋਰਟ। ਮੈਰਿਜ ਨੂੰ 6 ਮਹੀਨੇ ਹੋ ਗਏ, 11 ਮਾਰਚ 2020 ਨੂੰ ਹੋਈ ਸੀ। ਮੈਰਿਜ ਹੋਣ ਤੋਂ ਬਾਅਦ ਮੇਰੇ ਸਹੁਰੇ ਪਰਿਵਾਰ ਨੇ ਮੇਰੇ 'ਤੇ ਇਲਜ਼ਾਮ ਲਗਾ ਤਾ ਕਿ ਤੂੰ ਇੱਕ ਕਿੰਨਰ ਹੈ, ਟਰਾਂਸਜੈਂਡਰ ਹੈ। ਮੈਨੂੰ ਉਹਨਾਂ ਨੇ ਸਮਾਜ 'ਚ ਟਰਾਂਸਜੈਂਡਰ ਕਹਿ ਕੇ ਬਦਨਾਮ ਕਰਤਾ। ਹੋਰ ਮੇਰੇ ਨਾਲ ਉੱਥੇ ਬਹੁਤ ਮਤਲਬ ਕਿ ਤੁਸੀਂ ਸੁਣ ਵੀ ਨਹੀਂ ਸਕਦੇ ਕਿ ਮਾਸੜ ਸਹੁਰੇ ਨੇ ਘਰ ਆਣ ਕੇ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ। ਦਾਈ ਕੋਲ ਮੈਨੂੰ ਲਿਜਾਇਆ ਗਿਆ, ਦਾਈ ਨੇ ਮੈਨੂੰ ਬਾਂਝ ਬਣਾਉਣ ਦੀ ਕੋਸ਼ਿਸ਼ ਕੀਤੀ। ਫਿਰ ਹੋਰ ਮੇਰੀ ਨਨਾਣ ਨੇ ਮੈਨੂੰ ਕਿੰਨਰ ਬੋਲਿਆ, ਮੇਰੀ ਸੱਸ ਤੂੰ ਕਿੰਨਰ ਹੈ, ਤੂੰ ਇੱਥੋਂ ਚੱਲ ਜਾ, ਅਸੀਂ ਤੂੰ ਬਸ ਆਪਣੇ ਘਰ ਚੱਲ ਜਾ। ਮੈਨੂੰ ਉੱਥੋਂ ਕੱਢਦੇ ਸੀਗੇ ਕਿ ਤੂੰ ਚੱਲ ਜਾ। ਇਹ ਇਸ ਗੱਲ ਦਾ ਨਹੀਂ ਮੈਨੂੰ ਪਤਾ, ਮੈਂ ਇਸੇ ਕਰਕੇ ਇਸ ਪੁਲਿਸ ਸਟੇਸ਼ਨਾਂ 'ਚ ਆਈ ਹਾਂ ਕਿ ਮੈਨੂੰ ਦੱਸੋ, ਉਹਨਾਂ ਨੂੰ ਪੇਸ਼ ਕਰੋ। ਉਹਨਾਂ ਨੂੰ ਪੇਸ਼ ਹੀ ਨਹੀਂ ਕੀਤਾ ਜਾ ਰਿਹਾ। ਇੱਥੇ ਮੇਰੀ ਮਹਿਲਾ ਮੰਡਲ 'ਚ ਲੱਗੀ DSP ਪਰਵਿੰਦਰ ਕੌਰ ਦੇ, ਉਹਨਾਂ ਨੇ ਵੀ ਮੇਰੀ ਕੋਈ ਮਦਦ ਨਹੀਂ ਕੀਤੀ। ਮੇਰੀ ਮੰਗ ਇਹ ਹੈ ਕਿ ਮੇਰੇ 4 ਦੋਸ਼ੀ ਹੋਰ ਹੈ, ਦਾਈ ਮਾਸੜ ਸਹੁਰਾ, ਨਨਾਨ, ਮੇਰੀ ਮਾਸੀ ਸੱਸ। ਜਦੋਂ ਦਾਈ ਕੋਲ ਮੈਨੂੰ ਬਾਂਝ ਬਣਾਉਣ ਦੀ ਕੋਸ਼ਿਸ਼ ਕੀਤੀ ਗਈ, ਉਸ ਟਾਈਮ ਮੇਰੀ ਮਾਸੀ ਸੱਸ ਵੀ ਨਾਲ ਸੀ। ਮੈਂ ਉੱਥੋਂ ਬੜੀ ਮੁਸ਼ਕਲ ਦੌੜੀ, ਜਿੱਦਾਂ ਮੈਂ ਆਪਣਾ ਬਚਾਅ ਕੀਤਾ। ਮੈਂ ਚਾਹੁੰਦੀ ਹਾਂ ਕਿ 4 ਦਾ ਨਾਮ ਜਿਹੜਾ ਹੈ ਦੋਸ਼ੀਆਂ ਦਾ, ਇਹਦੇ ਉੱਤੇ ਵੀ ਪਰਚਾ ਹੋਇਆ ਜਾਏ। ਜੋ ਮੈਂ ਆਪਣੀ ਮੈਡੀਕਲ ਰਿਪੋਰਟ ਨਾ ਲਗਾਈ, ਮੇਰਾ ਮੁੰਡਾ ਵੀ ਤੋੜ ਦਿੱਤਾ ਗਿਆ ਖੱਬਾ। ਇਹ ਟੈਨਸ਼ਨ ਜਾਂ ਕੋਈ, ਇਹ ਉਹਨਾਂ ਨੂੰ ਹੀ ਪਤਾ ਹੋਊਗੀ। ਇਹ ਪੁਲਿਸ ਵਾਲ ਦਾ ਕੰਮ ਹੈ ਕਿ ਕੀ ਗੱਲ ਹੈ ਕਿ ਤੁਸੀਂ ਕਿਉਂ ਇੱਕ ਕੁੜੀ 'ਤੇ ਇਲਜ਼ਾਮ ਲਗਾ ਤਾ। ਮੈਂ ਚਾਹੁੰਦੀ ਇਹ ਹੈ ਕਿ ਉਹਨਾਂ 'ਤੇ ਧਰਾਵਾਂ ਲਗਾਈਆਂ ਜਾਣ ਅਤੇ ਮੈਨੂੰ ਇਨਸਾਫ ਦਿੱਤਾ ਜਾਏ, ਜੋ ਬਣਦੀਆਂ ਧਰਾਵਾਂ। ਮੈਨੂੰ ਵਟਸਐਪ 'ਤੇ ਮੈਸੇਜਿਸ ਆਉਂਦੇ ਆ, ਜਿਸ ਤਰ੍ਹਾਂ ਕੋਈ ਅਨਨੋਨ ਨੰਬਰ, ਪਾਕਿਸਤਾਨ ਤੋਂ ਨੰਬਰ ਆ, +92 ਵਾਲੇ, ਉੱਤੋਂ ਕੋਲਸ ਆਉਂਦੇ ਆ, ਫਰੈਂਡਸ਼ਿਪ ਕਰ ਲਓ, ਯੇ ਵੋ, ਅਲੱਗ ਅਲੱਗ ਕੋਲਸ ਵੀ ਆ ਰਹੀਆਂ, ਵਟਸਐਪ ਕੋਲਸ ਆ ਰਹੀਆਂ ਨੇ, ਤਾਂ ਉੱਥੋਂ ਤੰਗ ਪਰੇਸ਼ਾਨ ਕਰ ਰਹੇ ਆ। ਕੁਝ ਕੋਈ ਕਹਿੰਦੇ ਆ ਕਿ ਤੁਹਾਡਾ ਨੰਬਰ ਕੋਈ ਫੇਸਬੁੱਕ 'ਤੇ ਵੰਡ ਰਿਹਾ। ਮੇਰੇ ਕੋਲ ਉਹਨਾਂ ਦੇ ਬਕਾਇਦਾ ਸਕਰੀਨਸ਼ੋਟ ਪਏ ਆ। ਮੈਨੂੰ ਦਾਈ ਕੋ ਇਸ ਕਰ ਇੱਦਾਂ ਲੈ ਕੇ ਜਾਇਆ ਗਿਆ ਕਿ ਮੁੰਡਾ ਮੈਨੂੰ ਕਹਿੰਦਾ ਸੀ ਕਿ ਮੈਂ ਤੇਰੀਆਂ ਅਸ਼ਲੀਲ ਫੋਟੋਜ਼ ਜਿਹੜੀਆਂ ਉਹ ਵਾਇਰਲ ਕਰਨ ਡਿਆ, ਕਰਨ ਦੀ ਉਹ ਮੈਨੂੰ ਧਮਕੀਆਂ ਦਿੰਦਾ ਸੀ। ਉੱਥੋਂ ਮੈਨੂੰ ਦਾਈ ਕੋ ਲੈ ਕੇ ਗਏ ਸੀ। 5-6 ਮਹੀਨੇ ਹੋ ਗਿਆ ਵਿਆਹ ਹੋਏ ਦੇ, ਬਸ ਇਹ ਹੀ ਸਾਨੂੰ ਦੱਸਣ ਲੱਗ ਪਈ ਕਿ ਮੰਮੀ ਮੈਨੂੰ ਇਹ ਕਿੰਨਰ ਕਹਿ ਰਹੇ ਆ, ਇਹ ਹੈ ਬੂਆ, ਮੈਨੂੰ ਦਾਈ ਕੋਲ ਲੈ ਕੇ ਜਾਂਦੇ ਆ। ਮੈਂ ਕਿਹਾ ਦਾਈ ਕੋਲ ਨਹੀਂ ਜਾਣਾ, ਜਦ ਮੁੰਡਾ ਬੈੱਡਰੂਮ 'ਚ ਨਹੀਂ ਆਇਆ ਦਾਈ ਕੋਲ ਕੋਈ ਮਤਲਬ ਨਹੀਂ ਮੇਰੀ ਕੁੜੀ ਨੂੰ ਲੈ ਕੇ ਜਾਣ ਦਾ। ਮੈਂ ਕਿਹਾ ਸ਼ਿਵਾਨੀ ਤੂੰ ਉੱਥੋਂ ਭੱਜ ਨਿਕਲ ਬਾਹਰ, ਇਹ ਫਿਰ ਭੱਜ ਕੇ ਆਈ ਹੈ ਅਤੇ ਫਿਰ ਮੈਂ ਕਿਹਾ ਕਿਸੇ ਡਾਕਟਰ ਕੋਲ ਚੱਲੋ। ਫਿਰ ਇਹਨੇ ਕਿਹਾ ਵੀ ਚਲੋ ਡਾਕਟਰ ਕੋਲ, ਫਿਰ ਉਹਨਾਂ ਨੇ ਆਪੂ ਹੀ ਕਿਹਾ ਕਪੂਰ ਕੋਲ ਚੱਲੋ। ਮੈਂ ਕਿਹਾ ਅਸੀਂ ਤਾਂ ਕਿਸੇ ਡਾਕਟਰ ਨੂੰ ਨਹੀਂ ਜਾਣਦੇ, ਕਿ ਤੁਸੀਂ ਜਾਣਦੇ ਚਲੋ ਕਿਸੇ ਕੋਲ। ਫਿਰ ਕਪੂਰ ਕੋਲ ਗਏ, ਕਪੂਰ ਨੇ ਫਿਰ ਉੱਥੇ ਇਹਨਾਂ ਨੂੰ ਕਿਹਾ ਕਿ ਮੁੜੀ ਅਸੀਂ ਦਈਏ ਤੈਨੂੰ ਅੰਦਰ। ਫਿਰ ਇਹਨੇ ਮੇਰੇ ਆ ਕੇ ਬਾਹਰ ਪੈਰ ਫੜ ਲਿਆ ਕਿ ਮੰਮੀ ਕੋਈ ਗੱਲ ਨਹੀਂ, ਸਾਡੀ ਇਹ ਮੇਰੀ ਵਾਈਫ ਹੈ, ਮੈਂ ਜਿੱਦਾਂ ਮਰਜ਼ੀ ਕਰਾਂ, ਇਹਦਾ ਮੈਂ ਚੈੱਕ ਕਰਾਵਾਂ, ਮੈਨੂੰ ਦਾਈ ਕੋਲ ਲੈਵਾਂ। ਮੈਂ ਕਿਹਾ ਨਹੀਂ, ਅਸੀਂ SPG ਕੋਲ ਆਏ ਹਾਂ ਜ਼ਰੂਰੀ, ਵੀ ਕਹਿਣ ਵੀ ਇਹ ਸਾਡੀ ਕੁੜੀ ਨੂੰ ਸਾਫ ਦਵਾਏ, ਸਾਡੀ ਕੁੜੀ ਕਿੰਨਰ ਨਹੀਂ ਹੈਗੀ। ਅੱਜ ਦਾ ਜਿਹੜਾ ਮਸਲਾ ਵਾ, ਅੱਜ ਅਸੀਂ ਆਪਣੀ ਭੈਣ ਸ਼ਿਵਾਨੀ ਠਾਕੁਰ ਦੇ ਹੱਕ ਲਈ ਜਿਹੜੀ SSP ਦਫ਼ਤਰ ਆਏ ਹਾਂ, ਅਸੀਂ SSP ਦਫ਼ਤਰ ਆ ਕੇ ਸਾਨੂੰ ਇਹਨਾਂ ਦੇ ਇਨਸਾਫ ਲਈ ਜਿਹੜੀ ਉਹਨੂੰ ਅੱਜ ਐਪਲੀਕੇਸ਼ਨ ਦੇਵਾਂਗੇ। ਅਤੇ ਇਹਨਾਂ ਨੇ ਲਗਭਗ 6 ਬੰਦਿਆਂ ਦੇ ਖਿਲਾਫ਼ ਜਿਹੜੀ ਹੈ ਇਹਨਾਂ ਨੇ ਦਰਖਾਸਤ ਦਿੱਤੀ ਸੀਗੀ ਬ੍ਰਹਮਪੁਰ ਥਾਣੇ 'ਚ। ਪਰ ਉੱਥੇ ਕੀ ਹੋਇਆ, ਉਹਨਾਂ ਨੇ ਕੀ ਉਹਨਾਂ 6 ਬੰਦਿਆਂ ਦੇ ਖਿਲਾਫ਼ ਦਰਖਾਸਤ ਕੀ ਦੇਣੀ ਸੀਗੀ, ਉਹਨਾਂ ਨੇ ਫਿਲਹਾਲ ਬਸ 2 ਬੰਦਿਆਂ ਦੇ ਘਰ ਦੇ ਅਤੇ ਇਹਨਾਂ ਦੀ ਸੱਸ ਦੇ, ਉਹਨਾਂ ਦੇ ਪਰਚਾ ਦਿੱਤਾ ਉਹਨਾਂ ਨੇ 498 ਦਾ, ਜੋ ਕਿ ਦੇਸ਼ ਦਾ, ਜੋ ਕਿ ਉਹਨਾਂ ਨੇ ਐਡ ਲਿਖਿਆ ਪਰਚਾ ਦੇ ਵਿੱਚ, ਇਹਨਾਂ ਨੇ ਲਿਖਿਆ ਕਿ ਉਹਨਾਂ ਨੇ ਮਾਰਕੁੱਟ ਕੀਤੀ ਇਹਨਾਂ ਨਾਲ। ਇਹਨਾਂ ਦਾ ਜਿਹੜਾ ਸੱਸ ਆ ਜਿਹੜੀ ਉਹ ਦੂਸਰੇ ਦਿਨ ਹੀ ਜਦੋਂ ਵਿਆਹ ਤੋਂ ਦੂਸਰੇ ਦਿਨ ਹੀ ਉਹਦੇ ਘਰ ਜਾਂਦੀ ਆ ਅਤੇ ਦੂਸਰੇ ਦਿਨ ਹੀ ਇਹਨੂੰ ਜਿਹੜਾ ਟੋਰਚਰ ਕਰਨਾ ਸ਼ੁਰੂ ਕਰ ਦਿੰਦੇ ਆ ਕੁੜੀ। ਅਤੇ ਉਸ ਤੋਂ ਬਾਅਦ ਜਿਹੜਾ ਇਹਦਾ ਮਾਸੜ ਸੋੜਾ ਵਾ, ਉਹਨੇ ਇਹਨਾਂ ਨਾਲ ਜਿਹੜੀ ਆ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਆ, ਕਿਉਂਕਿ ਉਹਨੂੰ ਪਤਾ ਲੱਗਾ ਕਿ ਜਿਹੜਾ ਇਹਦਾ ਵਿੱਚ EO ਸੀਗਾ, ਜਿਨ੍ਹਾਂ ਨੇ ਇਹ ਜਿਹੜੀ ਤਫਤੀਸ਼ ਕਰਨੀ ਸੀਗੀ ਉਹਨਾਂ ਨੇ ਕੀ ਕੀਤਾ ਕਿ ਉਹਨਾਂ ਨੇ ਕਿਹਾ ਕਿ ਜਿਹੜਾ ਵੀ ਕੁੜੀ ਨੇ ਜਿਹੜਾ ਬੰਦੇ 'ਤੇ ਆਰੋਪ ਲਾਇਆ ਉਹ ਸਾਰੇ ਬੇਬੁਨਿਆਦ ਆ, ਜੋ ਕਿ ਬਿਲਕੁਲ ਝੂਠ ਵਾ। ਰਿਪੋਰਟਾਂ ਵੀ ਨਾਲ ਆ, ਜਿਹੜੀ ਦਵਾਈ ਸੀਗੀ ਉਹਦੀ ਫੋਟੋ ਵੀ ਇਹਨਾਂ ਨੇ ਨਾਲ ਲਗਾਈ ਆ।
ਤੇ ਇਹਨਾਂ ਨੂੰ ਸਭ ਤੋਂ ਵੱਡੀ ਗੱਲ ਆ ਬੰਦੇ ਨੂੰ ਸ਼ਰਮ ਆਣੀ ਚਾਹੀਦੀ ਉਹਨੇ ਆਪਣੀ ਘਰ ਦੀ ਨੂੰ ਕਿਨਰ ਕਹਿ ਕੇ ਜਿਹੜਾ ਵਾ ਉਹ ਸਾਰੇ ਸਮਾਜ 'ਚ ਜਿਹੜਾ ਇਹਨਾਂ ਨੂੰ ਬਦਨਾਮ ਕੀਤਾ ਔਰ ਇਹਨਾਂ ਦੇ ਨੰਬਰ ਜਿਹੜਾ ਉਹਨਾਂ ਨੇ ਪਤਾ ਨਹੀਂ ਕਿੱਥੇ ਕਿੱਥੇ ਵੰਡੇ ਆ ਜਿਹੜਾ ਬਾਹਰ ਦੇ ਨੰਬਰਾਂ ਤੋਂ ਉਹ ਤੁਹਾਨੂੰ ਇੱਕ ਦੱਸ ਦਿੰਦੇ ਅਸੀਂ ਉਹ ਆਈ ਵੀ ਉੱਪਰ ਇਹ ਦੇਖੋ ਨੰਬਰ ਇਹਨਾਂ ਦੇ ਜਿਹੜੇ ਨੰਬਰ ਤੋਂ ਉਹਨਾਂ ਨੂੰ ਕੋਲ ਆ ਰਹੀ ਆ ਇਹ ਸਾਰੀ ਹਰਕਤ ਇਹਦੇ ਘਰ ਦੇ ਨਹੀਂ ਕੀਤੀ ਆ ਉਹਦੇ 498 ਦਾ ਪਰਚਾ ਹੋਣ ਦੇ ਬਾਵਜੂਦ ਜਿਹੜਾ ਵਾ ਉਹਨਾਂ ਨੂੰ ਜਿਹੜੀਆਂ ਇਹ ਨੰਬਰ ਉਹਨਾਂ ਦਾ ਵੰਡਿਆ ਗਿਆ ਉਸ ਤੋਂ ਬਾਅਦ ਮਤਲਬ ਡਰ ਨਹੀਂ ਹੈ ਕਾਨੂੰਨ ਦਸ ਬੰਦੇ ਨੂੰ ਉਹਨੇ ਉਸ ਤੋਂ ਬਾਅਦ ਦੇਖੋ ਇਹਨਾਂ ਨੂੰ ਕੀ ਮੈਸੇਜ ਕਰਕੇ ਇਹਨਾਂ ਨੂੰ ਤੰਗ ਪਰੇਸ਼ਾਨ ਕਰ ਰਿਹਾ ਪਰ ਕੁੜੀ ਜਿਹੜੀ ਸੀਗੀ ਆ ਮਰਨ ਦੇ ਧਾਤ ਜਾ ਰਹੀ ਸੀਗੀ ਮੈਂ ਮੇਰੇ ਤੋਂ ਮਰਨ ਤੋਂ ਇਲਾਵਾ ਕੋਈ ਚਾਂਸ ਨਹੀਂ ਆ ਪਰ ਅਸੀਂ ਤਗੜੇ ਕੀਤਾ ਕੋਈ ਗੱਲ ਨਹੀਂ ਅਸੀਂ ਤੁਹਾਡੇ ਨਾਲ ਹਾਂ ਅਤੇ ਇਹਨਾਂ ਨੂੰ ਇਨਸਾਫ ਦਵਾ ਕੇ ਜਾਵਾਂਗੇ ਇਸੇ ਕਰਕੇ ਅਸੀਂ ਅੱਜ SSP ਦੇ ਸਾਹਿਬ ਕੋਲ ਇੱਕ ਕੰਪਲੇਂਟ ਸ਼ਿਵਾਨੀ ਠਾਕੁਰ ਨੇ ਮਾਨਯੋਗ SSP ਸਾਹਿਬ ਗੁਰਦਾਸਪੁਰ ਦੇ ਪੇਸ਼ ਹੋ ਕੇ ਦਿੱਤੀ ਸੀ ਠੀਕ ਹੈ ਅਤੇ ਇਹ ਮਾਮਲਾ ਸਾਰਾ ਇਹ ਸੀ ਕਿ ਉਸਨੇ ਆਪਣੇ ਹਸਬੈਂਡ ਪਤੀ ਔਰ ਸੱਸ ਦੇ ਖਿਲਾਫ ਕੰਪਲੇਂਟ ਦਿੱਤੀ ਸੀ ਇੱਕ ਕਸ਼ਮੀਰੋ ਦਾਈ ਦੇ ਵੀ ਦਿੱਤੀ ਸੀ ਮੱਸ ਮਸੜ ਦੇ ਜਿਹਦੀ ਇਨਕੁਆਇਰੀ ਮੁਕੰਮਲ ਕਰਕੇ ਮਾਨਯੋਗ SSP ਸਾਹਿਬ ਦੇ ਆਫਿਸ ਭੇਜ ਦਿੱਤੀ ਸੀ ਜਿਹੜੀ ਉਹਨਾਂ ਨੇ ਵਾਚ ਕੇ ਅਤੇ ਲੜਕਾ ਭਰਤ ਠਾਕੁਰ ਉਸਦੀ ਮਾਤਾ ਸਪਤੇਨ ਦੇ ਖਿਲਾਫ ਕੇਸ ਰਜਿਸਟਰਡ ਹੋ ਗਿਆ ਸੀ ਲੜਕੀ ਇਹ ਕਹਿੰਦੀ ਸੀ ਕਿ ਮੈਨੂੰ ਮੇਰੇ ਸੱਸ ਅਤੇ ਮੇਰਾ ਪਤੀ ਕਿੰਨਰ ਕਹਿੰਦੇ ਨੇ ਇਸ ਸੰਬੰਧੀ ਉਹਨਾਂ ਨੇ ਲੜਕੀ ਦੀ ਸੱਸ ਨੇ ਇਹ ਕਿਹਾ ਸੀ ਕਿ ਅਸੀਂ ਇਹਨੂੰ ਕਦੀ ਵੀ ਕਿੰਨਰ ਨਹੀਂ ਕਿਹਾ ਅਤੇ ਨਾ ਹੀ ਕੋਈ ਸਾਨੂੰ ਡਾਕਟਰੀ ਪਰੂਫ ਦਿੱਤਾ ਇਸ ਸੰਬੰਧੀ ਲੜਕੇ ਨੇ ਕੋਈ ਸਾਨੂੰ ਮੈਡੀਕਲ ਨਹੀਂ ਸੀ ਪੇਸ਼ ਕੀਤਾ ਅਤੇ ਜਿਹੜੀ ਦਾਜ ਵੱਲੋਂ ਉਹਨੇ ਸਟੇਟਮੈਂਟ ਵਿੱਚ ਲਿਖਾਇਆ ਸੀ ਕਿ ਮੇਰੇ ਕੋਲ ਦਾਜ ਦੀ ਮੰਗ ਕਰਦੇ ਉਹਦੇ ਖਿਲਾਫ਼ ਅਸੀਂ ਪਰਚਾ ਦਰਜ ਕਰ ਦਿੱਤਾ ਮਾਸੀ ਅਤੇ ਮਾਸੜ ਦਾ ਕੋਈ ਦੋਸ਼ ਨਹੀਂ ਸੀ ਜਿਹਦੇ ਕਰਕੇ ਉਹਨਾਂ ਨੂੰ ਅਸੀਂ ਬੇਗਨਾਹ ਕਰ ਦਿੱਤਾ ਸੀ ਜਿਹੜੀ ਦਾਈ ਸੀ ਉਹਦੇ ਖਿਲਾਫ਼ ਅਸੀਂ ਇਹ ਉਹਦੇ ਬਾਰੇ ਇਹ ਲਿਖਿਆ ਸੀ ਕਿ ਜੇਕਰ ਇਨ ਤਫਤੀਸ਼ ਦੇ ਵਿੱਚ ਉਹਦੇ ਖਿਲਾਫ਼ ਕੋਈ ਤੱਥ ਸਾਹਮਣੇ ਆਉਂਦੇ ਨੇ ਅਤੇ ਉਹਦੇ ਖਿਲਾਫ਼ ਕਾਰਵਾਈ ਕੀਤੀ ਜਾਏ ਕਿਉਂਕਿ ਲੜਕੀ ਨੇ ਸਾਨੂੰ ਸਭ ਇਹ ਜ਼ਬਾਨੀ ਦੱਸਿਆ ਉਹਦੇ ਖਿਲਾਫ਼ ਕੋਈ ਵੀ ਤੱਥ ਨਹੀਂ ਪੇਸ਼ ਕੀਤਾ